ਦੇਖੋ ਜਦੋਂ ਹੋਲੀ ਖੇਡਦੇ ਕਿਧਰ ਬਾਹਰੇ ਦੋ ਸਕੂਲੀ ਵਿਦਿਆਰਥੀਆਂ ਨੂੰ ਨਸ਼ੇੜੀਆਂ ਨੇ ਬਣਾਇਆ ਆਪਣਾ ਨਿਸ਼ਾਨਾ ਅਤੇ ਪੂਰੀ ਤਰ੍ਹਾਂ ਕੀਤੇ ਵਿਦਿਆਰਥੀ ਜ਼ਖਮੀ। ਇਹ ਮੁੰਡੇ ਆਏ ਕੋਈ 10-12 ਹੋਣ ਲਈ, ਦੱਸਣ ਦੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਉਹਨਾਂ ਨੇ ਆ ਕੇ ਉਹਨੂੰ ਕੁੱਟਿਆ, ਫਿਰ ਸਿਰ 'ਚ ਡਾਂਗ ਮਾਰੀ ਉਹਦੇ ਡੰਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰਪਿਆਰੋ, ਗਿੱਦੜਬਾਹਾ ਦੇ ਭੱਠੀ ਵਾਲੇ ਮੋੜ ਤੇ ਹੋਲੀ ਖੇਡ ਰਹੇ ਦੋ ਸਕੂਲੀ ਵਿਦਿਆਰਥੀਆਂ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਸੱਟਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਅਤੇ ਮੌਕੇ ਤੋਂ ਉਹ ਫਰਾਰ ਹੋ ਗਏ। ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ਲੜਕੀ ਦੇ ਗੁਆਂਢੀ ਕੁਲਦੀਪ ਅਤੇ ਲੜਕੇ ਦੇ ਪਿਤਾ ਕਮਲਜੀਤ ਨੇ ਦੱਸਿਆ ਕਿ ਸਾਡੇ ਲੜਕੇ ਨੂੰ ਕੁਝ ਨਸ਼ੇੜੀ ਲੋਕਾਂ ਵੱਲੋਂ ਸੱਟਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਜ਼ਖਮੀ ਕੀਤਾ ਹੈ ਉਹਨਾਂ ਦਾ ਨਸ਼ਾ ਵਗੈਰਾ ਕੀਤਾ ਹੋਇਆ ਸੀ ਅਤੇ ਸੱਟਾ ਮਾਰਨ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਏ। ਉਹਨਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਕਥਿਤ ਗੁੰਡਾ ਅਨਸਰਾਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਬਾਰੇ ਜਦੋਂ ਹਸਪਤਾਲ ਵਿੱਚ ਡਿਊਟੀ ਤੇ ਤੈਨਾਤ ਡਾਕਟਰ ਜਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇੱਕ ਲੜਕੇ ਦੇ ਸਿਰ ਵਿੱਚ ਸੱਟ ਹੈ। ਐਕਸਰੇ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਜਾਣਕਾਰੀ ਦੱਸੀ ਜਾ ਸਕੇਗੀ। ਉਹਨਾਂ ਨੇ ਕਿਹਾ ਕਿ ਫਿਲਹਾਲ ਦੋਨਾਂ ਹੀ ਬੱਚਿਆਂ ਦੀ ਹਾਲਤ ਸਥਿਰ ਹੈ। ਹਾਂਜੀ ਸਰ, ਕੀ ਨਾਮ ਕੀ ਹੈ ਤੁਹਾਡਾ? ਮੇਰਾ ਨਾਂ ਕਰਮਜੀਤ ਸਿੰਘ। ਕੀ ਗੱਲ ਹੋਈ ਹੈ ਅਤੇ ਕਿਹਦੇ ਨਾਲ ਹੋਈ ਹੈ? ਇਹ ਮੁੰਡੇ ਕੋਈ ਸ਼ਰਾਰਤੀ ਮੁੰਡੇ ਮੇਰੇ ਤਾਂ ਹੌਲੀ ਖੇਡਦੇ ਸੀ ਸੈਂਪਲ, ਕੋਈ ਨਸ਼ਾ ਨਹੀਂ, ਕੋਈ ਕੁਛ ਨਹੀਂ ਕਰਦੇ ਗੇ, ਪੜ੍ਹਾਈ ਕਰਦੇ ਹੈ। ਅਤੇ ਮੁੰਡੇ ਆਏ ਕੋਈ 10-12 ਹੋਣ ਲਈ, ਦੱਸਣ ਦੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਉਹਨਾਂ ਨੇ ਆ ਕੇ ਉਹਨੂੰ ਕੁੱਟਿਆ, ਫਿਰ ਸਿਰ 'ਚ ਡਾਂਗ ਮਾਰੀ ਉਹਦੇ ਡੰਡਾ। ਅਤੇ ਅਸੀਂ ਸ਼ਾਸਨ ਤੋਂ ਇਹੀ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਕੀ ਨਾਮ ਕੀ ਹੈ ਤੁਹਾਡੇ ਬੇਟੇ ਦਾ? ਮੇਰਾ ਖੁਸ਼ ਹੈ ਜੀ। ਸੱਟ ਕਿੰਨੀ ਵੱਜੀ ਉਹਦੇ? ਸੱਟ ਉਹਦੇ 3-4 ਟੰਕੇ ਲੱਗੇ। ਉਹਦੇ ਨਾਲ ਹੋਰ ਕਿਸੇ ਦੇ ਵੀ ਸੱਟ ਵੱਜੀ ਹੈ? ਉਹਦੇ ਨਾਲ ਇੱਕ ਮੁੰਡਾ, ਉਹ ਵੀ ਗੁੰਮ ਹੀ ਆ ਸੱਟਾਂ ਉਹਦੇ ਵੀ, ਉਹਦੇ ਵੀ ਵੱਜੀਆਂ ਵੱਜੀਆਂ ਹੈ ਜੀ। ਕੀ ਲੱਗਦਾ ਕੀ ਤੁਹਾਨੂੰ ਪਹਿਲੇ ਦੱਸਣ ਅਨੁਸਾਰ ਉਹਨਾਂ ਨੇ ਦੱਸਿਆ ਹੋਣਾ ਤੁਹਾਡੇ ਬੱਚਿਆਂ ਨੇ ਕੀ? ਹਾਲ ਤੱਕ ਤਾਂ ਉਹਨੇ ਕੁਛ ਵੀ ਨਹੀਂ ਦੱਸਿਆ ਸਾਨੂੰ, ਪਹਿਲੇ ਕਹਿੰਦੇ ਬਸ ਇੰਨਾ ਮਾੜਾ ਦੱਸਿਆ ਵੀ ਅੱਜ ਤਾਂ ਆਪਦਾ ਹੌਲੀ ਖੇਡਦੇ ਸੀ ਜੇ ਸੈਂਪਲ, ਅਤੇ ਉਹਨਾਂ ਨੇ ਆ ਕੇ ਪਹਿਲਾਂ ਮੋਟਰਸਾਈਕਲ ਮਾਰਿਆ, ਫਿਰ ਉਹਨਾਂ ਨੇ ਡੰਡਿਆਂ ਨਾਲ ਕੁੱਟਿਆ। ਕੋਈ ਨਸ਼ੇ ਵਗੈਰਾ ਕੀਤਾ ਹੋਇਆ ਸੀ? ਉਹਨਾਂ ਦਾ ਨਸ਼ਾ ਕੀਤਾ ਹੋਇਆ ਸੀਗਾ, ਕੋਈ ਨਸ਼ਾ ਹੀ ਕੀਤਾ ਹੋਣਾ ਜਿਹੜਾ ਇਸ ਤਰ੍ਹਾਂ ਜਿਹੜੇ ਮੁੰਡੇ ਅਵਾਰਾ ਹੈਗੇ ਇਹ, ਅਤੇ ਆ ਕੇ ਇਹਨਾਂ ਉਹ ਕੁੱਟਿਆ। ਮੁੜ ਕੇ ਸਾਨੂੰ ਬਾਅਦ 'ਚ ਪਤਾ ਲੱਗਿਆ ਜਦੋਂ ਇਹਨੂੰ ਇਹਦੇ ਨਾਲ ਦੇ ਮੁੰਡਾ ਲੈ ਕੇ ਆਇਆ ਇੱਥੇ ਹਸਪਤਾਲ 'ਚ, ਇਹਨੇ ਫਿਰ ਸਾਨੂੰ ਫੋਨ ਕੀਤਾ ਘਰੇ, ਫਿਰ ਅਸੀਂ ਇੱਥੇ ਆਏ, ਇੱਥੇ ਆ ਕੇ ਪਤਾ ਲੱਗਿਆ ਸਾਨੂੰ ਵੀ ਇਹ ਮੁੰਡੇ ਦੇ ਸੱਟਾਂ ਵੱਜੀਆਂ, ਟੈਂਕੇ ਲੱਗੇ ਆ ਉਹਦੇ। ਹਾਂਜੀ ਸਰ, ਕੀ ਨਾਮ ਕੀ ਤੁਹਾਡਾ? ਮੇਰਾ ਨਾਂ ਕਮਲਜੀਤ ਹੈ ਜੀ। ਕਮਲਜੀਤ ਜੀ, ਕੀ ਗੱਲਬਾਤ ਹੋਈ ਹੈ? ਗੱਲਬਾਤ ਪਤਾ ਨਹੀਂ, ਆਪਾਂ ਨੇ ਬੱਚੇ ਇੰਜੋਏ ਕਰ ਰਹੇ ਸੀ ਮਾਰਕੀਟ ਦੇ ਵਿੱਚ, ਬਾਈਕ ਦੇ ਉੱਪਰ ਆਰਾਮ ਨਾਲ ਜਾ ਰਹੇ ਸੀ, ਕੋਈ ਨਸ਼ਾ ਨਹੀਂ ਕਰਦੇ ਵਗੈਰਾ, ਬਿਲਕੁਲ ਪੜ੍ਹਦੇ ਪੜ੍ਹਨ ਵਾਲੇ ਮੁੰਡੇ 8ਵੀਂ 9ਵੀਂ ਵਿੱਚ ਪੜ੍ਹਦੇ ਹੈ, ਅਤੇ ਇਹਨਾਂ ਨੂੰ ਕੋਈ ਅਣਪਛਾਤੇ ਆ ਕੇ ਕੋਈ 8-10 ਮੁੰਡੇ ਇਹਨਾਂ ਦੇ ਕੀ ਕਰ ਕੀ ਰਹੇ ਸੀਗੇ ਇਹ ਬੱਚੇ? ਇਹ ਬਸ ਬਾਈਕ ਦੇ ਉੱਪਰ ਖੜ੍ਹੇ ਸੀ ਭੱਠੀ ਵਾਲੇ ਮੋੜ ਦੇ ਉੱਪਰ, ਉਦੋਂ ਬਾਈਕ ਦੇ ਉੱਪਰ ਹੌਲੀ ਵਗੈਰਾ ਬਣਾ ਰਹੇ ਸੀ, 8-10 ਹੌਲੀ ਬਣਾ ਰਹੇ ਸੀਗੇ, 8-10 ਮੁੰਡੇ ਇਕੱਠੇ ਸੀ ਇਹ, ਸੋਰੀ 8-10 ਮੁੰਡੇ ਆਏ, ਇਹਨਾਂ ਦੇ ਇੱਕ ਨੂੰ ਟੰਬਿਆਂ ਨਾਲ ਹਮਲਾ ਕਰਤਾ, ਉਹਨਾਂ ਦਾ ਕੋਈ ਨਸ਼ਾ ਵਗੈਰਾ ਖਾਧਾ ਹੋਇਆ ਸੀ। ਅੱਜ ਤਾਂ ਪ੍ਰਸ਼ਾਸਨ ਦੇ ਇਹੀ ਮੰਗ ਕਰਦੇ ਹਾਂ ਜੀ, ਇਹਨਾਂ ਨੂੰ ਇਨਸਾਫ਼ ਕੀਤਾ ਜਾਵੇ, ਨਸ਼ੇੜੀਆਂ ਦੇ ਨੂੰ ਧੱਕੇ ਕਸੀ ਜਾਵੇ। ਸਰ, ਕੀ ਮਾਮਲਾ ਹੈਗਾ? ਕੋਈ ਪੇਸ਼ੈਂਟ ਵਗੈਰਾ ਆਏ ਆ ਅਤੇ ਉਹਨਾਂ 'ਤੇ ਕਿੰਨੀਆਂ ਕੁ ਸੱਟਾਂ ਵੱਜੀਆਂ? ਇੱਕ ਬੱਚੇ ਅਤੇ ਪੇਸ਼ੈਂਟ ਨੇ ਇਹ ਲੜਾਈ ਝਗੜੇ ਦੇ ਮਸਲੇ ਦੇ ਵਿੱਚ ਸਾਡੇ ਕੋਲ ਆਏ ਨੇ, ਫਿਲਹਾਲ ਇਹਨਾਂ ਦੇ ਜਿਹੜੇ MLR ਕੱਟਣ ਦੀ ਜਿਹੜੀ ਕਾਰਵਾਈ ਅਸੀਂ ਕਰ ਰਹੇ ਹਾਂ ਅਤੇ ਐਗਜ਼ਾਮੀਨੇਸ਼ਨ ਕਰ ਰਹੇ ਹਾਂ, ਸੱਟਾਂ ਬਾਰੇ ਅਜੇ ਮਤਲਬ ਕਲੀਅਰ ਜਿਹੜਾ ਕਹਿ ਪਾਉਣਾ ਉਹ ਐਕਸਰੇ ਤੋਂ ਬਾਅਦ ਅਸੀਂ ਦੱਸ ਸਕਦੇ ਹਾਂ। ਵੈਸੇ ਦੇਖ, ਪਹਿਲੀ ਦਿੱਕਤ 'ਚ ਕੀ ਲੱਗਦਾ? ਕਿੰਨੀ ਠੀਕ ਨੇ, ਸਟੇਬਲ ਨੇ ਫਿਲਹਾਲ, ਅਜੇ ਇਹਨਾਂ ਦੀ ਕੰਡੀਸ਼ਨ ਕਿੰਨੀ ਸਟੇਬਲ ਹੈ।
ਸੱਟ ਸੁੱਟ ਕਿੱਥੇ ਵੱਜੀ ਹੋਈ ਹੈ ਜੀ? ਸੱਟ ਇੱਕ ਸਿਰ ਦੇ ਵਿੱਚ, ਜਿਹੜੇ ਇੱਕ ਪੇਸ਼ੈਂਟ ਦੇ ਜਿਹੜੇ ਉਹ ਟਾਂਕੇ ਲੱਗ ਰਹੇ ਨੇ ਜੀ। ਗੁਰਪਿਆਰਾ, ਹੁਣ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲਿਆ ਉਹ ਨਸ਼ੇੜੀ ਆਨਸਰ ਕੌਣ ਸਨ ਜਿਨ੍ਹਾਂ ਨੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਬੱਚਿਆਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਕੇ ਉਹ ਫਰਾਰ ਹੋ ਗਏ। ਪਰ ਪੰਜਾਬ ਸਰਕਾਰ ਨੂੰ ਵੀ ਧਿਆਨ ਦੇਣਾ ਬਣਦਾ ਹੈ ਕਿ ਆਏ ਦਿਨ ਪੰਜਾਬ ਦੀ ਹਾਲਤ, ਕਾਨੂੰਨ ਵਿਵਸਥਾ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈ ਤੇ ਇਹ ਹੁਣ ਪੰਜਾਬ ਦੀ ਆਵਾਮ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹਨਾਂ ਨੇ ਮੁੜ 2022 ਦੀਆਂ ਚੋਣਾਂ ਦੇ ਵਿੱਚ ਇਹਨਾਂ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਜਾਂ ਕਾਂਗਰਸ 'ਤੇ ਭਰੋਸਾ ਕਰਨਾ ਹੈ ਜਾਂ ਕਿਸੇ ਤੀਸਰੀ ਚੰਗੀ ਸਾਫ਼ ਸੁਥਰੀ ਧਿਰ ਨੂੰ ਬਹੁਮਤ ਦੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਕਰਵਾਉਣਾ ਤਾਂ ਜੋ ਇਹ ਗੰਧਲੀ ਹੋਈ ਸਿਆਸਤ ਸਾਫ਼ ਕੀਤੀ ਜਾ ਸਕੇ, ਕਾਨੂੰਨ ਵਿਵਸਥਾ ਦਰੁਸਤ ਕੀਤੀ ਜਾ ਸਕੇ, ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਜ਼ਹਿਰ ਤੋਂ ਬਚਾਇਆ ਜਾ ਸਕੇ, ਬੇਅਦਬੀਆਂ ਦੇ ਦੋਸ਼ੀ ਸਲਾਖਾਂ ਪਿੱਛੇ ਪਹੁੰਚਾਏ ਜਾ ਸਕਣ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।